ਗੁਰਬਾਣੀ, ਸਿੱਖ ਇਤਿਹਾਸ ਅਤੇ ਮੋਟੀਵੇਸ਼ਨਲ ਵਿਸ਼ਿਆਂ ਨਾਲ ਸੰਬੰਧਿਤ ਸਾਡੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਹੋਪ ਗਲੋਬਲ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਨਵੀਆਂ ਵੀਡੀਓ ਦੀ ਜਾਣਕਾਰੀ ਲਈ ਨੋਟੀਫਿਕੇਸ਼ਨ ਬੈੱਲ ਵੀ ਜ਼ਰੂਰ ਦਬਾਓ ਜੀ। ਪਿਆਰੇ ਬੱਚਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਚੀਜ਼ ਜ਼ਿੰਦਗੀ ਵਿੱਚ ਆਪਾਂ ਸਾਰੇ ਚਾਹੁੰਦੇ ਹਾਂ, ਮੈਂ ਵੀ ਚਾਹੁੰਦਾ, ਤੁਸੀਂ ਵੀ ਚਾਹੁੰਦੇ ਹੋ, ਕਿਹੜੀ ਚੀਜ਼ ਕੀ? ਓਕੇ, ਜਿਹੜੇ ਸਕਸੈਸ ਚਾਹੁੰਦੇ ਆ ਲਾਈਫ 'ਚ, ਉਹ ਆਪਣਾ ਹੱਥ ਖੜਾ ਕਰੋ। ਵੈਰੀ ਗੁੱਡ, ਸਾਰਿਆਂ ਲਈ ਇੱਕ ਜੈਕਾਰਾ, ਬੋਲੇ ਸੋ ਨਿਹਾਲ। ਅੱਜ ਅਸੀਂ ਸਕਸੈਸ 'ਤੇ ਗੱਲ ਕਰਨੀ ਹੈ, ਸਾਰੇ ਹੀ ਸਕਸੈਸ ਚਾਹੁੰਦੇ ਹਾਂ, ਹੈ ਨਾ ਜੀ? ਔਰ ਇਸ ਵੇਲੇ ਸਾਨੂੰ ਖੁਸ਼ੀ ਵੀ ਹੈ ਕਿ ਸਾਡੇ ਸਤਿਕਾਰਯੋਗ ਵੀਰ ਸਰਦਾਰ ਹਰਪਾਲ ਸਿੰਘ ਜੀ ਵੀ ਸਾਡੇ ਕੋਲ ਪਹੁੰਚੇ ਹੋਏ ਨੇ, ਅਤੇ ਸਾਰੇ ਵੀਰਾਂ ਨੇ ਇਹ ਇੱਕ ਹੀ ਉਪਰਾਲਾ ਕੀਤਾ ਹੈ। ਇਸ ਉਪਰਾਲੇ ਦਾ ਸਿਰਫ ਅਤੇ ਸਿਰਫ ਇੱਕੋ ਪਰਪਜ਼ ਹੈ ਕਿ ਸਾਡੇ ਬੱਚੇ ਸਾਡੇ ਵਿੱਚੋਂ ਅਜੇ ਤੱਕ ਕੌਣ ਕੌਣ ਸਫਲ ਹੋਏ ਆ, ਕੌਣ ਕੌਣ ਨਹੀਂ, ਉਹ ਹੱਥ ਖੜੇ ਕਰੋ ਜਿਹੜੇ ਸਫਲ ਹੋਏ ਨੇ। ਕੌਣ ਕੌਣ ਸਫਲ ਹੋਏ ਆ? ਓਕੇ, ਵੈਰੀ ਗੁੱਡ। ਇੱਕ ਚੀਜ਼ ਹੈ, ਅਸੀਂ ਸਫਲ ਹੋਏ ਹਾਂ, ਇਹ ਤੁਸੀਂ ਕਿਹਾ ਹੈ, ਚਲੋ ਹੱਥ ਹੇਠਾਂ ਕਰ ਲਓ। ਹੁਣ ਆਪਾਂ ਦੇਖਦੇ ਹਾਂ ਆਪਾਂ ਸਫਲ ਕਿਹੜੀ ਕਿਹੜੀ ਚੀਜ਼ 'ਚ ਹੋਏ ਹਾਂ, ਕਿਹੜੀ ਕਿਹੜੀ 'ਚ ਨਹੀਂ। ਇੱਕ ਚੀਜ਼, ਛੋਟਾ ਜਿਹਾ ਬੱਚਾ ਜਦ ਅਸੀਂ ਉਸਨੂੰ ਇਸ ਤਰ੍ਹਾਂ ਕਰਕੇ ਚਾਬੀ ਜਾਂ ਕੋਈ ਚੀਜ਼ ਪਕੜਾਉਂਦੇ ਹਾਂ ਅਤੇ ਉਹ ਪਕੜ ਲੈਂਦਾ ਜਾਂ ਨਹੀਂ, ਜਦ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ ਪਕੜ ਲੈਂਦਾ ਜਾਂ ਨਹੀਂ, ਫਿਰ ਉਹ ਚਾਬੀ ਨੂੰ ਪਕੜਨ ਦੇ ਵਿੱਚ ਕੀ ਹੋ ਗਿਆ? ਸਕਸੈਸ ਹੋ ਗਿਆ। ਇਹਦਾ ਮਤਲਬ ਉਸ ਬੱਚੇ ਨੇ ਇੱਕ ਸਕਸੈਸ ਅਚੀਵ ਕਰ ਲਈ ਜਦ ਚਾਬੀ ਪਕੜ ਲਈ। ਹੁਣ ਉਹੀ ਛੋਟਾ ਜਿਹਾ ਬੱਚਾ ਸਭ ਤੋਂ ਪਹਿਲੇ ਬੈਠ ਜਾਂਦਾ ਹੈ ਜਾਂ ਨਹੀਂ, ਨਿੱਕਾ ਬੱਚਾ ਬੈਠ ਸਕਦਾ ਜਾਂ ਨਹੀਂ, ਪਰ ਜਦੋਂ ਉਹ ਬੱਚਾ ਬੈਠਣ ਲੱਗ ਗਿਆ ਤੇ ਉਹ ਬੈਠਣ 'ਚ ਕੀ ਹੋ ਗਿਆ? ਸਕਸੈਸ। ਜਦੋਂ ਉਹੀ ਬੱਚਾ ਚੱਲਣ ਲੱਗ ਗਿਆ, ਉਹ ਚੱਲਣ 'ਚ ਸਕਸੈਸ ਹੋ ਗਿਆ। ਇਸ ਤਰ੍ਹਾਂ ਸਕਸੈਸ ਕੋਈ ਇੰਨਾ ਵੱਡਾ ਇੱਕ ਹੀ ਗਿਫਟ ਦਾ ਪੈਕਟ ਨਹੀਂ ਜਿਹੜਾ ਇੱਕ ਹੀ ਟਾਈਮ 'ਤੇ ਮਿਲਦਾ ਹੈ। ਇਸ ਦਾ ਮਤਲਬ ਕੀ ਹੈ? ਸਕਸੈਸ ਇਜ਼ ਵੈਰੀ ਫਿਊ, ਛੋਟੀਆਂ ਛੋਟੀਆਂ ਚੀਜ਼ਾਂ ਮਿਲ ਕੇ ਵੱਡੀਆਂ ਹੁੰਦੀਆਂ ਜਾਂਦੀਆਂ ਹੈ। ਸ਼ਾਇਦ ਤੁਹਾਨੂੰ ਪਤਾ ਹੋਵੇ ਚਾਹੇ ਨਾ, ਜਿਹੜਾ ਇਹ ਵੱਡੇ ਵੱਡੇ ਦਰਿਆ ਨਿਕਲਦੇ ਆ ਨਾ, ਵੱਡੇ ਵੱਡੇ ਰਿਵਰ, ਜਿਸ ਜਗ੍ਹਾ ਤੋਂ ਇਹ ਸ਼ੁਰੂ ਹੁੰਦੇ ਆ ਉੱਥੇ ਬਹੁਤ ਬੜੇ ਹੁੰਦੇ ਆ ਜਾਂ ਬਹੁਤ ਛੋਟੇ? ਬਹੁਤ ਹੀ ਛੋਟੇ ਹੁੰਦੇ ਆ, ਪਰ ਧੀਰੇ ਧੀਰੇ ਜਿਉਂ ਜਿਉਂ ਅੱਗੇ ਵੱਧਦੇ ਜਾਂਦੇ ਹੈ ਤਿਉਂ ਤਿਉਂ ਇਹ ਹੋਰ ਵੱਡੇ ਹੁੰਦੇ ਜਾਂਦੇ ਹੈ। ਇਸੇ ਤਰ੍ਹਾਂ ਹੀ ਆਪਣੀ ਸਕਸੈਸ ਹੁੰਦੀ ਹੈ, ਸਾਡੀ ਸਕਸੈਸ ਛੋਟੇ ਤੋਂ ਬੜੀ ਹੁੰਦੀ ਜਾਂਦੀ ਹੈ। ਦੁਨੀਆ 'ਤੇ ਦੋ ਤਰ੍ਹਾਂ ਦੇ ਲੋਕ ਹੁੰਦੇ ਆ, ਇੱਕ ਲੋਕ ਆਪ ਕੰਮ ਕਰਨ ਵਾਲੇ, ਹੱਥੀਂ ਕੰਮ ਕਰਨ ਵਾਲੇ ਹੁੰਦੇ ਆ ਜਾਂ ਨਹੀਂ, ਹੁੰਦੇ ਆ ਕਿ ਨਹੀਂ? ਮੈਂ ਸਾਰੇ ਕੰਮ ਆਪਣੇ ਹੱਥੀਂ ਕਰਾਂਗਾ ਇਹ ਕਹਿਣ ਵਾਲੇ, ਅਤੇ ਇੱਕ ਐਸੇ ਵੀ ਹੁੰਦੇ ਆ ਜਿਹੜੇ ਕਹਿੰਦੇ ਆ ਪਰਮਾਤਮਾ ਨੇ ਜੋ ਸਾਡੀ ਕਿਸਮਤ ਵਿੱਚ ਲਿਖਿਆ ਹੈ ਉਹ ਦੇ ਦੇਵੇਗਾ। ਇਸ ਤਰ੍ਹਾਂ ਦੇ ਵੀ ਹੁੰਦੇ ਆ ਕਿ ਨਹੀਂ? ਆਪ ਕੁਛ ਨਹੀਂ ਕਰਨਾ, ਜੋ ਪਰਮਾਤਮਾ ਨੇ ਸਾਡੀ ਕਿਸਮਤ ਵਿੱਚ ਲਿਖਿਆ ਹੈ ਉਹ ਪਰਮਾਤਮਾ ਆਪਣੇ ਆਪ ਦੇ ਦੇਗਾ। ਹੁਣ ਦੱਸਿਓ ਜੇ ਦੋਨਾਂ 'ਚੋਂ ਜ਼ਿਆਦਾ ਸਕਸੈਸ ਕਿਹੜੇ ਹੁੰਦੇ ਆ, ਕਿਸਮਤ 'ਤੇ ਵਿਸ਼ਵਾਸ ਰੱਖਣ ਵਾਲੇ ਜਾਂ ਆਪ ਹੱਥੀਂ ਕੰਮ ਕਰਨ ਵਾਲੇ? ਵੈਰੀ ਗੁੱਡ, ਤੁਹਾਡੀ ਥਿੰਕਿੰਗ ਬੜੀ ਪੋਜ਼ਿਟਿਵ ਹੈ। ਔਰ ਦੁਨੀਆ ਦੇ ਵਿੱਚ ਸਭ ਤੋਂ ਅੱਗੇ ਪੋਜ਼ਿਟਿਵ ਥਿੰਕਿੰਗ ਵਾਲੇ ਹੀ ਵੱਧ ਸਕਦੇ ਆ, ਜਿਨ੍ਹਾਂ ਦੀ ਥਿੰਕਿੰਗ ਨੈਗੇਟਿਵ ਹੁੰਦੀ ਹੈ ਨਾ, ਉਹ ਦੁਨੀਆ 'ਚ ਅੱਗੇ ਨਹੀਂ ਵੱਧ ਸਕਦੇ, ਉਹ ਕਦੇ ਸਕਸੈਸ ਨਹੀਂ ਹੋ ਸਕਦੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਨਿੱਕੀ ਜਿਹੀ ਸਟੋਰੀ ਨਹੀਂ ਸੱਚਾਈ ਦੱਸਦਾ।
एक बच्चा मेरे कोल पढ़दा हुंदा सी मसूरी, ते ओ बच्चा कदे पढ़दा नहीं, बाकी पढ़दे हुंदे सी ते ओ इधर उधर फालतू दे काम करदा रहिंदा सी। जिस दिन एग्जाम सी ना, एग्जाम तो एक दिन पहले मेरे कोल आ गया ते मैनू कहिंदा सर मैं टाउन जाना, मैनू छुट्टी चाहिए है। मैं क्या, अरे तेरा कल पेपर है, अज तू छुट्टी क्यों मंग रहा है टाउन जाने ले? नहीं सर, मेरी मम्मा ने क्या है कि जदों तू एग्जाम देने है ना, हनुमान जी दी फोटो तेरे डेस्क ते चाहिए है, ते सर मैं हनुमान जी खरीदन जाना वा टाउन। मैं क्या, भाई ए टाइम हनुमान खरीदन दा नहीं, पढ़न दा है। पर बच्चा अड़ गया। मैं भी छेद कहता तेरी मर्जी है, जा खरीद लिया, हुण हनुमान खरीद लिया आ। जदों असी एग्जाम लई क्वेश्चन पेपर वंडिया करिए बच्चों नूं, बाकी दे बच्चे दे क्वेश्चन पेपर स्टडी करिया करन, ते वो बच्चा बैठा हनुमान दे अगे हनुमान चालीसा पढ़िया करे, ठीक है जी। उन्हों बड़ा कहना कि कुछ इधर भी लिख ले अंकल, कुछ कर ले, हनुमान जी कुछ नहीं करेंगे। नहीं जी, हनुमान चालीसा, बाकी पेपर पढ़न ते वो हनुमान चालीसा पढ़े। अंत नूं 6-7 पेपरां तो बाद मैं देखिया ते उस दे टेबल ते हनुमान जी गैब सन। उस दिन मैं पूछिया नितिश अज हनुमान जी कहाँ है? कहिंदा सर पहाड़ी से नीचे फेंक दिए। मैं क्या, क्यों? कहिंदा सर पिछले 5-6 एग्जाम में तो उन्होंने पास करवाया नहीं, अब मुझे पता है आगे भी मेरी हेल्प नहीं करेंगे, मैंने पहाड़ी से फेंक दिए है। ठीक है, मतलब अपनी मदद आपने करनी, अपनी मदद का भरोसा किसी होर ते रखना है, राइट। ऐसे लोग कभी जिंदगी सफल नहीं होंगे। सफल कौन होंगे? पहली गल, आपां जिन्ने भी बैठे हैं तुहाडे चो किसी ने पतंग उड़ाई है कदे? हाथ खड़ा करो, पतंगा, वाह क्या बात है। पतंग अपने आप ही उड्डन लग जाती है जां सानू खुद उड़ाउणी पैंदी है? फिर ऐसे ही एक शेर याद रखियो सदा ही, एक शेर सदा याद रखना, केड़ा? पतंग अपने आप नहीं उड़ती, उड़ाई जाती है। किमें? पतंग अपने आप नहीं उड़ती, किस्मत अपने आप नहीं बनती, किस्मत असी खुद बनाउनी है, अपनी बनाउनी है ना। इसलिए अज तो साड़ी इत्थो एक चीज़ दी स्टार्टिंग है, किस्मत बनान दी। एक होर भी चीज़, जदों कोई पतंग बनांदा है किस काम के लिए बनाता है? कि मेरी पतंग आसमान में सबसे ऊंची उड़े। पतंग इसे लिए बनाई जाती है ना कि मेरी पतंग आसमान विच सब तो ऊंची उड़े। जेकर मैं बिना इस तो बोल रहा, मेरी आवाज़ सुन रही है कि नहीं? पीछे आ रही जी बिना माइक तो, जा घट आ रही है? हुण दूसरी चीज़, पतंग जेड़ी, हर एक पतंग इसलिए बनाता है कि मेरी पतंग दुनिया च सब तो उच्ची उड़े, राइट। हुण सारियां ही पतंगा उड़दियां जां कुछ पतंगा उड़न तो पहले ही फट जांदियां? हाँ जी, पहले ही फट जांदियां, उड़ ही नहीं पाउंदियां। साडे विच्चों भी एक सवाल मैं सब नूं पुछां ते तुसीं उस सवाल का जवाब देना है, ठीक है? मैं सारियां तो पूछना है और इस बच्चे तो शुरू करना। बेटे खड़ी हो, तेरी फोटो भी टीवी ते आएगी, खड़ी हो। आपने बड़े हो के क्या बनना है? की बनना वड्डी हो के? बोलो ना। टीचर। हाँ, टीचर, उच्ची बोलो। की बनना वड्डी हो के? टीचर। टीचर, शाबाश। तुसी खड़े हो, वो उच्ची बोलना, वड्डे हो के की बनना है? अभी सोचा नहीं है। अभी सोचा नहीं है, किदन सोचना है? कल? पता नहीं। ओके, बैठो। इस बच्चे ने एक बड़ा सोहना जवाब दिता है। इस बच्चे का जवाब है, अजय मैं सोचा नहीं वड्डे हो के की बनना है। यह जवाब सिर्फ छोटे बच्चे का ही है जां वड्डियां वड्डियां का भी हुंदा है जी?
ਵੱਡੇ ਬੱਚੇ ਵੀ ਇਸੇ ਤਰ੍ਹਾਂ ਹੀ ਸੋਚਦੇ ਹੈ ਕਿ ਅਜੇ ਨਹੀਂ ਸੋਚਿਆ। ਕਈ ਵਾਰ ਅਸੀਂ ਕਈ ਬੱਚਿਆਂ ਨੂੰ ਪੁੱਛੀਏ ਨਾ ਵੀ ਤੁਸੀਂ ਕੀ ਬਣਨਾ ਹੈ, ਉਹ ਕਹਿਣਗੇ ਅਜੇ ਸੋਚਿਆ ਨਹੀਂ। ਮੰਨ ਲਓ ਤੁਸੀਂ ਦਸਵੀਂ ਬਾਰ੍ਹਵੀਂ ਗਿਆਰ੍ਹਵੀਂ ਵਾਲੇ ਬੱਚੇ ਨੂੰ ਵੀ ਪੁੱਛੋ ਨਾ ਕਿ ਤੂੰ ਕੀ ਬਣਨਾ ਜ਼ਿੰਦਗੀ 'ਚ, ਉਹ ਕਹਿੰਦਾ ਸੋਚਿਆ ਨਹੀਂ। ਇਹ ਪਤਾ ਕਿੱਦਾਂ ਦੀ ਸਿਆਣਪ ਹੈ, ਨਹੀਂ ਸੋਚਿਆ। ਮੰਨ ਲਓ ਇੱਕ ਬੰਦਾ ਦਿੱਲੀ ਤੋਂ ਕਾਰ ਦੌੜਾਈ ਲਈ ਆ ਰਿਹਾ ਹੈ, ਦਿੱਲੀ ਤੋਂ ਕਾਰ 'ਚ ਬੈਠਾ ਹੈ, 120-30-40 ਦੀ ਸਪੀਡ 'ਤੇ ਦੌੜਦਾ ਆ ਰਿਹਾ ਹੈ। ਅੰਬਾਲੇ ਅਸੀਂ ਉਹਨੂੰ ਰੋਕਦੇ ਹਾਂ, ਭਾਅ ਜੀ ਰੁਕਿਓ। ਉਹਨੂੰ ਪੁੱਛਦੇ ਹਾਂ ਦੱਸ ਕਿੱਥੇ ਜਾਣਾ ਹੈ, ਅਤੇ ਅਗਲਾ ਕਹਿੰਦਾ ਅਜੇ ਮੈਂ ਸੋਚਿਆ ਨਹੀਂ। ਅਤੇ ਦੱਸੋ ਉਹਨੂੰ ਕੀ ਕਹੋਗੇ, ਸਿਆਣਾ ਜਾਂ ਮੂਰਖ? ਜੇ ਤੂੰ ਸੋਚਿਆ ਹੀ ਨਹੀਂ ਤਾਂ ਦਿੱਲੀ ਤੋਂ ਕਾਰ 'ਚ ਬੈਠਾ ਕਿਸ ਕੰਮ ਲਈ, ਕਿੱਧਰ ਆ ਰਿਹਾ ਹੈ, ਕੀ ਕਰਨਾ ਹੈ? ਪਹਿਲੇ ਸੋਚ ਕੇ ਬੈਠਣਾ ਚਾਹੀਦਾ ਸੀ ਨਾ। ਜੇ ਤੂੰ ਪਟਿਆਲੇ ਜਾਣਾ ਹੈ, ਇੱਧਰ ਆ ਜਾਏ ਤਾਂ ਚੰਗੀ ਗੱਲ ਹੈ, ਅਤੇ ਜੇਕਰ ਤੂੰ ਜਾਣਾ ਹੀ ਗਾਜ਼ੀਆਬਾਦ ਹੈ ਤਾਂ ਤੂੰ ਇੱਧਰ ਨੂੰ ਕਿਉਂ ਚੱਲ ਪਿਆ ਭਾਈ, ਸੋਚਿਆ ਹੀ ਨਹੀਂ? ਦੇਖੋ ਪਹਿਲੀ ਗੱਲ, ਤੁਸੀਂ ਜ਼ਿੰਦਗੀ 'ਚ ਜੋ ਬਣਨਾ ਹੈ ਉਸ ਨੂੰ ਦੇਰ ਨਾਲ ਨਹੀਂ ਅੱਜ ਹੀ ਸੋਚ ਲਵੋ। ਖਾਸ ਕਰਕੇ 10th ਕਲਾਸ ਦੇ ਵਿੱਚ ਸੋਚ ਲਵੋ ਮੈਂ ਕੀ ਬਣਨਾ ਹੈ। ਇੱਕ ਹੋਰ ਵੀ ਗਲਤੀ ਹੁੰਦੀ ਜੇ ਵੱਡੇ ਬੱਚੇ ਕਰਦੇ ਹੈ, ਵੈਸੇ ਤਾਂ ਇੱਥੇ ਵੱਡੇ ਘੱਟ ਹੈ ਪਰ ਜਿੰਨੇ ਕੁ ਵੱਡੇ ਬੈਠੇ ਹੈ ਉਹ ਸੁਣ ਦਿਓ। ਗਲਤੀ ਕੀ ਕਰਦੇ ਆ ਵੱਡੇ ਬੱਚੇ, ਪਤਾ ਕੀ ਗਲਤੀ ਕਰਦੇ ਆ? ਉਹਨਾਂ ਦੀ ਗਲਤੀ ਇਹ ਹੁੰਦੀ ਹੈ ਪਹਿਲਾਂ ਕੋਈ ਹੋਰ ਕੰਮ ਸ਼ੁਰੂ ਕਰ ਲੈਂਦੇ ਆ। ਪਹਿਲੇ ਕੀ ਕਰਦੇ ਆ, ਕੋਈ ਹੋਰ ਕੰਮ, ਜਦੋਂ ਉਸ ਕੰਮ ਦੇ ਵਿੱਚ ਸਾਲ ਡੇਢ ਸਾਲ ਲਗਾ ਦਿੰਦੇ ਆ ਨਾ, ਉਦੋਂ ਬਾਅਦ ਨਹੀਂ ਜੀ ਇਸ 'ਚੋਂ ਤਾਂ ਮਜ਼ਾ ਨਹੀਂ ਆਉਂਦਾ, ਇਹ ਵਧੀਆ ਨਹੀਂ, ਦੂਜਾ ਸ਼ੁਰੂ ਕਰ ਲਈਏ। ਫਿਰ ਦੂਜਾ ਸ਼ੁਰੂ ਕਰਦੇ ਆ, ਦੂਜੇ ਦੇ ਵਿੱਚ ਵੀ ਥੋੜ੍ਹਾ ਜਿਹਾ ਚਿਰ ਲਾਉਣ ਤੋਂ ਬਾਅਦ ਫਿਰ ਕਹਿੰਦੇ ਆ ਨਹੀਂ ਜੀ ਮਜ਼ਾ ਨਹੀਂ ਆਉਂਦਾ, ਉਹ ਹੈ ਇਹ ਹੈ, ਫਿਰ ਤੀਜਾ ਕੰਮ। ਹੁਣ ਜ਼ਰਾ ਸੋਚਿਓ, ਇੱਕ ਬੰਦਾ ਅੰਬਾਲੇ ਤੋਂ ਚੱਲਿਆ ਹੈ ਚੰਡੀਗੜ੍ਹ ਲਈ, ਲਾਲੜੂ ਜਾ ਕੇ ਉਹ ਕਹਿੰਦਾ ਨਹੀਂ ਯਾਰ ਮੈਂ ਚੰਡੀਗੜ੍ਹ ਨਹੀਂ ਜਾਣਾ, ਪਟਿਆਲੇ ਜਾਣਾ। ਉੱਥੋਂ ਚੱਲ ਪੈਂਦਾ ਪਟਿਆਲੇ ਨੂੰ, ਅਤੇ ਪਟਿਆਲੇ ਨੂੰ ਚੱਲ ਕੇ ਰਾਜਪੁਰੇ ਜਾ ਕੇ ਫਿਰ ਕਹਿੰਦਾ ਨਹੀਂ ਯਾਰ ਮੈਂ ਪਟਿਆਲੇ ਨਹੀਂ ਜਾਣਾ ਹੈਗਾ, ਮੈਂ ਇੱਥੋਂ ਜਿਹੜਾ ਫਤਿਹਗੜ੍ਹ ਚਲੇ ਜਾਂਦਾ। ਫਿਰ ਉਹ ਫਤਿਹਗੜ੍ਹ ਨੂੰ ਚੱਲ ਪੈਂਦਾ, ਫਤਿਹਗੜ੍ਹ ਦੇ ਅੱਧ 'ਚ ਪਹੁੰਚਦਾ, ਕਹਿੰਦਾ ਨਹੀਂ ਯਾਰ ਮੈਂ ਫਤਿਹਗੜ੍ਹ ਨਹੀਂ ਸ਼ਾਹਬਾਦ ਜਾਂਦਾ। ਉਹ ਕਿਤੇ ਜਾਏਗਾ ਜਾਂ ਨਹੀਂ, ਮਿਹਨਤ ਲੱਗੇਗੀ ਜਾਂ ਨਹੀਂ? ਮਿਹਨਤ ਪੂਰੀ ਪਰੇਸ਼ਾਨ ਬਰਬਾਦ ਹੋ ਜਾਏਗਾ, ਪਹੁੰਚੇਗਾ ਕਿਤੇ ਵੀ ਨਹੀਂ, ਕਿਉਂਕਿ ਉਸਨੇ ਜੋ ਡਿਸੀਜਨ ਲਿਆ ਸੀ ਉਸ ਡਿਸੀਜਨ ਤੱਕ ਨਹੀਂ ਪਹੁੰਚਿਆ। ਆਪਾਂ ਜ਼ਿੰਦਗੀ 'ਚ ਜੇ ਸਫਲ ਹੋਣਾ ਹੈ ਤਾਂ ਡਿਸੀਜਨ ਲੈਣੇ ਪੈਣੇ ਆ। ਇਹ ਇੱਦਾਂ ਹੀ ਹੁੰਦਾ ਜਿਵੇਂ ਪਤੰਗ ਉਡਾਉਣੀ, ਪਤੰਗ ਉਡਾਉਣ ਲੱਗਿਆਂ ਕੀ ਹੁੰਦਾ ਹੈ, ਇੱਕ ਗੱਲ ਯਾਦ ਰੱਖੋ, ਅਸੀਂ ਜਿੰਨੇ ਬੈਠੇ ਹਾਂ ਨਾ, ਸਾਨੂੰ ਸਭ ਨੂੰ ਪਰਮਾਤਮਾ ਨੇ ਪਤੰਗ ਬਣਾ ਕੇ ਭੇਜਿਆ ਏ, ਔਰ ਨਾਲ ਹੀ ਇਹ ਗੱਲ ਕਹੀ ਕਿ ਇਹ ਪਤੰਗ ਬਹੁਤ ਉੱਚੀ ਉੜੇ, ਬਹੁਤ ਕੁਛ ਕਰਨ, ਇਹਨਾਂ ਤੋਂ ਜ਼ਿੰਦਗੀ 'ਚ ਬਹੁਤ ਚੀਜ਼ਾਂ ਸਾਨੂੰ ਮਿਲਣ, ਪਰਮਾਤਮਾ ਨੇ ਇਸ ਲਈ ਭੇਜਿਆ। ਪਰ ਅਸੀਂ ਕੀ ਕਰਦੇ ਹਾਂ, ਸਾਡੇ 'ਚੋਂ ਬਹੁਤ ਸਾਰੇ ਉੜਦੇ ਹੀ ਨਹੀਂ। ਪ੍ਰਤੇਕ ਪਤੰਗ ਨੇ, ਯਾਦ ਰੱਖੋ, ਪ੍ਰਤੇਕ ਪਤੰਗ ਨੇ ਏਕ ਨਾ ਏਕ ਦਿਨ ਮਿੱਟੀ ਹੋਣਾ ਹੈ, ਮਿੱਟੀ ਹੋਣੇ ਸੇ ਪਹਿਲੇ ਅਸਮਾਨ ਕੋ ਛੂਹਣਾ ਹੈ। ਇਹਦਾ ਮਤਲਬ ਸਮਝ ਆਇਆ? ਹਰੇਕ ਪਤੰਗ ਨੇ, ਨਹੀਂ ਇਹ ਸਾਰਾ ਨੈਸ਼ਨਲ 'ਤੇ ਹੈ, ਮਤਲਬ ਕਿ ਮੈਂ ਇਕੱਲੇ ਪੰਜਾਬ 'ਚ ਤਾਂ ਕਰਦਾ ਨਹੀਂ ਹੈ, ਮੇਰਾ ਤਾਂ ਸਾਰੇ ਇੰਡੀਆ ਚੱਲਦਾ। ਹਰੇਕ ਪਤੰਗ ਨੇ ਇੱਕ ਨਾ ਇੱਕ ਦਿਨ ਮਿੱਟੀ ਹੋਣਾ ਹੈ, ਪਰ ਮਿੱਟੀ ਹੋਣ ਤੋਂ ਪਹਿਲਾਂ ਅਸਮਾਨ ਕੋ ਛੂਹਣਾ ਹੈ। ਹੁਣ ਇੱਕ ਚੀਜ਼ ਹੋਰ ਹੈ ਬੱਚਿਓ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਸਫਲ ਹੋਣਾ ਜ਼ਿੰਦਗੀ 'ਚ ਸੌਖਾ ਕੰਮ ਜਾਂ ਔਖਾ ਕੰਮ? ਹਾਂਜੀ, ਔਖਾ ਕੰਮ ਹੈ। ਕਿਸ ਕਿਸ ਨੂੰ ਲੱਗਦਾ ਜ਼ਿੰਦਗੀ 'ਚ ਸਫਲ ਹੋਣਾ ਬਹੁਤ ਔਖਾ ਕੰਮ ਹੈ? ਬਹੁਤ ਔਖਾ ਹੈ। ਚਲੋ ਮੈਂ ਇੱਕ ਚੀਜ਼ ਤੁਹਾਨੂੰ ਛੋਟੀ ਜਿਹੀ ਸਟੋਰੀ ਸੁਣਾਉਣਾ, ਛੋਟੀ ਜਿਹੀ ਸਟੋਰੀ ਹੈ, ਸਟੋਰੀ ਸੁਣ ਕੇ ਦੱਸਿਓ। ਇੱਕ ਵਾਰ
इधर के कुछ गांव के लोग अंबाले आ गए, ठीक है, गांव के लोग अंबाले आ गए। उन्हां लोकां ने पिंड च रहिंदे सी, अजे नारियल नहीं देखिया सी किस तरह का हुंदा है, ठीक है, नारियल नहीं देखिया सी किस तरह का हुंदा है। वो बंदे एक दुकान ते चले गए जिस दुकान ते खूब सारे नारियल पए सी, ते उत्थे जा के वो उन्नू दुकानदार नू कहिंदे भाई ये की पिया है, ये की है। दुकानदार कहिंदा ये नारियल है, साडे शहर का सब तो मिठा फल, सारे लोग इत्थे नारियल बड़ा खांदे आ, तुसी भी खांदे हो कि नहीं, कदी खाधा नारियल? स्वाद हुंदा है कि बेस्वाद? हुण दुकानदार कहिंदा बड़ा स्वाद हुंदा, अंबाले वाले बड़ा नारियल खांदे आ। वो लोग सी ना जो पिंड दे, कहिंदे फिर सानू भी एक दे दो। दुकानदार तो एक नारियल खरीद लिया, अगे चल पे, जिथे जाके भुख लगी तो नारियल नू जिवें सेब खाईदा ऐदां खाण लगे, सेब वांग। नारियल ने की कीता कि उहदे वाल मूँह च आ गए, मूँह बकबका खराब हो गया, वाल बाहर सुट्टे, दोबारा उपरों वाल उतारे, इस तरह का निकालिया, तो फिर दंदी वड्डी। नारियल ने दंद तोड़ दिते, वो सख्त सी उहदा खोल, दंद टुट गए। उस तो बाद नारियल नू दूर सुट दे, कहिंदे आ किन्ने बेवकूफ है, इस शहर के लोग पत्थर वर्गा फल खांदे है, कहिंदे आ बड़ा स्वाद ते मिठा हुंदा है। हुण जरा दस्यो जे कसूर नारियल च जां उन्हां जिन्हां नू खाण दा तरीका नहीं आया। ऐसे तरह ही जदों असीं कहिंदे आ ना सफलता औखी है, कसूर सफलता च नहीं है, कसूर साडे विच है जिन्हां नू सफल होण दा तरीका ही नहीं आया। सफल किवें होना है इस चीज़ का तरीका सीखना पएगा। एक होर स्टोरी मैं सुनाउणा, किवें तरीका हुंदा है। एक बाणिया सी हुण समार्ट थिंकिंग देखिए किवें हुंदी है। एक बाणिया सी, उसने अपने पिंड दे कुछ लोकां नू कहा चलो तुहानू मैं अज जमुना ते दर्शन करा के लियाउणा है, ठीक है, जमुना जी दे दर्शन कराना है। उसने पिंड दे लोकां नू बिठाया, नाल चले गए जमुना नदी ते। उस नदी ते जाके नदी दे विच तैरन लग गए, बेरी च बेड़ी पा के ते नदी च तैरन लग गए। हुण की होया, जदों बेड़ी ऐन दरिया दे नदी दे विचकार गई, इक्के दम तूफान आ गया, बेड़ी डुबन लगी। ते ओ जेड़ा बाणिया सी, सेठ सी, ओ कहिंदा भगवान जे मेरी ये बेड़ी बन्ने लग जाए असी सारे बच जाइए, ते भगवान मैं तुहानू मैं अपनी 9 करोड़ दी कोठी वेच के, जेड़ी 9 लाख दी कोठी है ये वेच के मैं गरीबां च इन्हां लोकां च वंड देवांगा। की कहिंदा? मैं अपनी कोठी इन्हां सारे लोकां च वंड देवांगा, ऐ कहन लग गया। उदों बाद की है कि बेड़ी बन्ने लग गई, बेड़ी बन्ने लग गई। हुण जिहड़े विच बैठे सी गाँव दे गरीब लोग सारे खुश होण लग गए, हुण ते भई गल बन गई, लॉटरी निकल आई, लॉटरी निकल आई ना, कादी जान बची जां होर कुछ मिलिया? जान भी बची, और हुण इहदी जिहड़ी आ कोठी है इन्ने क्या है कि भगवान जेकर असी बच गए ते मैं अपनी कोठी वेच के गरीबां च वंड दांगा। हुण ते गल बन गई, हुण वो सारे कहण के लाला जी जदों मर रहे सी उदों तुसी कुछ कहा सी, की कहा सी याद करो, तुसी कहा सी जे बच गए ते मैं अपनी कोठी गरीबां च वंड दांगा, तुसी बच गए हो, हुण वंडो कोठी गरीबां च। ते लाला कहिंदा इह कीड़ी गल है, कर दिंदे आ। ते लाले ने की कीता, एक दिन कोठी विकमी लगा दित्ती ते कोठी दे नाल बिल्ली बन्न ली। कहिंदा लो भी सुनो,
मैं अपनी कोठी भी वेचनी है ते बिल्ली भी वेचनी है, जेड़ा मेरी बिल्ली खरीदेगा उसे नू मैं कोठी देवांगा। मेरी बिल्ली हैगी जे 9 लाख दी ते कोठी जे मेरी 1 रुपये दी, आजो जिसने खरीदना खरीद लो। हुण की है, बिल्ली 9 लाख दी वेचती, कोठी किन्ने दी वेची? 1 रुपये दी। और 9 लाख बिल्ली वाला जेब च पा के ते 1 रुपया सी जेड़ा कहिंदा लो ले लो। ठीक है, सियाना बंदा ही बच गया ना, सियानप दे नाल बच गया। जे कोई गरीब हुंदा, मूर्ख हुंदा।